ਪੜ੍ਹਾਈ ਵੀ ਆਉਂਦੀ ਹੈ ਇਹਨਾਂ ਦਾ ਮੇਰੇ ਨਾਲ ਗੱਲ ਕਰਕੇ ਦਾ ਇੰਗਲਿਸ਼ ਹਾਲ ਆਈ ਆ ਹਾਓ ਆਈ ਹਾਲ 365 ਦਿਨ ਹੁੰਦੇ 365 ਤੇਰੇ ਖਾਨਦਾਨ ਦੇ ਚਲਤਰ ਆ ਤੇ ਸਾਈਆਂ ਤਾਂ ਸਿਰ ਤੇ ਟਿਕਾਉ ਬੜੀਆਂ ਓਏ ਹਮ ਹਾਲ ਨਾਟ ਟੱਚ ਮੀ ਨਾਟ ਟੱਚ ਮੀ ਮਾਈ ਪੈਂਟ ਨਿਆ ਜਿੰਦੇ ਕਾਤੇ ਲਾਏ ਆ ਡਰਮ ਨੂੰ ਜਿੰਦੇ ਕੌਣ ਕਹਿੰਦਾ ਹੁੰਦਾ ਲਾਉਣ ਨੂੰ ਹੈ ਗੁੱਪੀ ਨੂੰ ਜਿੰਦਾ ਪਤਾ ਕਿਉਂ ਲੱਗਾ ਆ ਇਹ ਹਾਂ ਪਿਛਲੀ ਵਾਰ 10 ਬੋਰੀਆਂ ਸੀਗੀਆਂ ਮੈਂ ਇਹਦੇ ਵਿੱਚ ਪਰ ਪੂਰਾ ਡਰਮ ਭਰਿਆ 10 ਬੋਰੀਆਂ ਦਾ ਹਾਂ ਮੈਂ ਤਾਂ ਵਿੱਚੋਂ ਫਿਆਏ ਨਹੀਂ ਹਾਂ ਅਸੀਂ ਤਾਂ ਇੱਕ ਵੱਧ ਤੋਂ ਵੱਧ 2 ਨਾ 4 ਪੀਣ ਕੱਢੇ ਹੋਊਗੇ ਸਾਰੀਆਂ ਅਕਲਾ ਦਿੱਤਾ ਸਾਰੇ ਇਧਰੋਂ ਕੇਸੂ ਆ ਗਿਆ ਖਰਿਆ ਕਿਹਨੂੰ ਕਢਾਤੇ ਤਾਂ ਕਿਹਨੂੰ ਨਹੀਂ ਕਢਾਤੇ ਗੋਪੀ ਦੇ ਕੰਮ ਆ ਹਾਂ ਜਾ ਉਹਦੇ ਕੰਮ ਆ ਜਾ ਉਹਦੇ ਹੋਊਗੇ ਸ਼ਰਾਬੀ ਦੇ ਮਾੜੀ ਮੋਟੀ ਗੱਲ ਸਾਡੀ ਮੇਰੇ ਤੇ ਹਰ ਵੇਲੇ ਮੇਰੇ ਤੇ ਆ ਜਾ ਤੂੰ ਵੀ ਫੜ ਲੈ ਕਿੱਧਰ ਦੁੱਲੀ ਜਾਂਦੇ ਤਾਰੇ ਜਾ ਮਾਮਾ ਇੰਨਾ ਵੀ ਮਾੜਾ ਨਹੀਂ ਬਣੀ ਤੂੰ ਆ ਜਾ ਤੈਨੂੰ ਕੀ ਗੱਲ ਆ ਹਾਂ ਹਰ ਵੇਲੇ ਪੈਣ ਤੇ ਚੰਡੀ ਨੀਚੇ ਮੇਰੇ ਕੰਡ ਲੜਦੀ ਆ ਕੰਡ ਲੜਦੀ ਕਰੇ ਨਹੀਂ ਸਾਦੇ ਅੱਛਾ ਰੋਟੀ ਖਾਂਦੇ ਆ ਕੰਡ ਨਹੀਂ ਲੜਦੇ ਆਵੇ ਮੈਨੂੰ ਕੀ ਪਤਾ ਹੋਰ ਕਾ ਮੋਰ ਤੇਰਾ ਵੀ ਚੱਟ ਮਾਰ ਦਾ ਕਿਤਾ ਮਾਰ ਲੈਣੀ ਟੱਚ ਕਰਕੇ ਦੇਖੋ ਉਹ ਟਾਈਮ ਗਿਆ ਜਦੋਂ ਮੈਂ ਤੂੰ ਮਾਰ ਮੂਰ ਦੇ ਕੀ ਹੁਣ ਕੀ ਗੱਲ ਹੋ ਗਈ ਮੈਨੂੰ ਹੁਣ ਕੀ ਗੱਲ ਹੋ ਗਈ ਮੈਨੂੰ ਕੀ ਗੱਲ ਹੋ ਗਈ ਹੁਣ ਕਿਹਨ ਚੂੜੀਆਂ ਪਾ ਲਈਆਂ ਬਾਏ ਬਾਏ ਤੇ ਜੁੱਤੀ ਤੱਕ ਲਾਉਂਦਾ ਰਹਿ ਰੁਕ ਜਾ ਮਾ ਆ ਜਾ ਪਵਾ ਲਾ ਫੇ ਤਾਂ ਹੁਣ ਤੇ ਤੈਨੂੰ ਪੜਾ ਤੇਰਾ ਫੜਾ ਵੀ ਪਾਉ ਇਹ ਅੰਮਾ ਦਾ ਸੁਣ ਲਾ ਤੇਰੇ ਸਿਰ ਦਾ ਸਾਈ ਆ ਤੂੰ ਜੀ ਕੇ ਆ ਜੀ ਤੋਂ ਬਗੈਰ ਗੱਲ ਨਾ ਕਰੇ ਮੇਰੇ ਕੋਈ ਜੀ ਜੂ ਆ ਐਦਾਂ ਕਹਿ ਕਰੇ ਉਹ ਜਿਹੜੀ ਕਰ ਬੰਦ ਕਰ ਤੇ ਬਸ ਕਰ ਕਿੰਨੇ ਕ ਕੱਢਣੇ ਆ ਤੂੰ ਪਤਾ ਕੀ ਕਰੇ ਜੀ ਸੁਣਿਓ ਸੁਣਤੇ ਹੋ ਉਹ ਜਮਾਨੇ ਚਲੇ ਗਏ ਹਾਂ ਹਾਂ ਨਿਓ ਜਸਵੀਰ ਰਹੀ ਮੈਂ ਸਾਡੀਆਂ ਰੰਨਾਂ ਨੂੰ ਪੁੱਠੀ ਮੱਤ ਤੈਂ ਹੀ ਦੇਣੀ ਆ ਹਾਂ ਤੁਸੀਂ ਵਿਆਹ ਹੀ ਨਹੀਂ ਕਰਾਉਣੇ ਰੰਨਾਂ ਤੋਂ ਰੰਨਾਂ ਦੀਆਂ ਗੱਲਾਂ ਨਾ ਕਰੇ ਤੁਹਾ ਤੁਸੀਂ ਛੜੇ ਛੜੇ ਪਿੰਡ ਚ ਸਾਰੇ ਨੇ ਲਾਸਮੈਂਟ ਕਰਦਾ ਨਹੀਂ ਮੈਂ ਨਾ ਛੜੇ ਆ ਸਾਡੇ ਘਰ ਦੋ हां नहीं मेरा कसूर है तू भी नाल ही आ अच्छा इने सोचया है कि ब्याह करावा नहीं नहीं करावा किसी ने यार रम्मा मैं ब्याह ता नहीं करा कादे नहीं करांदा फिर तो बजा दा सोला हर वेले टका दंदी आ बजा बजा जिंदा रख ਜਿੰਦਾ ਲੈਤਾ ਕਹਿੰਦੇ ਲੈ ਕੇ ਆਣਾ ਅਗਲੇ ਕਹਿ ਦਿੰਦੇ ਇਹਨਾਂ ਦੀ ਬੁੜੀ ਕਵੱਤੀ ਬਹੁਤ ਆ ਹੈ ਬੇ ਮੈਂ ਕੀ ਕਵੱਤੀ ਆ ਹੋਰ ਤੈਨੂੰ ਹੁਣ ਜਿੱਦਾਂ ਤੂੰ ਮੈਨੂੰ ਬੋਲਦੀ ਆ ਬੋਲਦੀ ਨਹੀਂ ਆਣਿਆਂ ਨੂੰ ਬੋਲਣਾ ਜਿੰਦਾ ਅਗਲੇ ਰਸਤਾ ਤਾਂ ਦੇਣ ਲੈ ਕੇ ਆਉਂਦੇ ਅਗਲੇ ਕਹਿ ਦਿੰਦੇ ਇਹਨਾਂ ਦੀ ਬੁੜੀ ਕਵੱਤੀ ਆ ਹਰ ਵੇਲੇ ਕਹਿੰਦੇ ਰਸਤੇ ਬੋਲਦੇ ਆ ਹਾਂ ਕਿਹੜੀ ਹੁੰਦੀ ਲਿਆ ਆ ਗੱਲ ਗਲਤ ਕਰਤੀ ਕਵੱਤੀ ਵਾਲੀ ਮੈਨੂੰ ਕੱਲ ਮੇਰਾ ਕਰਾਓ ਕੱਲ ਭੈਣ ਕਹਿ ਕੇ ਗਈ ਅਸਾਂ ਉਹ ਯਾਰ ਜਿੱਦਾਂ ਦੇ ਉਹ ਕਰਾਂਦੀ ਉਦਾਂ ਦਾ ਮੈਂ ਕਦੀ ਵੀ ਨਾ ਕਰਾਂ ਸਾਡੇ 6 ਭੈਣ ਆਏ ਆ ਕੁੜੀ ਨੂੰ ਹਾਂ ਥੋੜੇ ਨਾ ਬਹੁਤੇ ਤਾਂ ਤੁਹਾਡੇ ਵਾਲੇ 3:30 ਆ ਜਾਣ ਤੁਸੀਂ ਤਾਂ ਮੈਂ ਕੋਠੇ ਛਲਾਂਗ ਮਾਰ ਦੇਣੀ ਆ ਆ ਚੱਕ ਚੰਗੀ ਤਾਂ ਕਲਾ ਜਿੰਦਾ ਬੋਲਦਾ ਮਨੀ ਵੀ ਬਹੁਤ ਵਾ ਮੈਂ ਕੀ ਕਰਾਂ ਨਾ ਕਰਾਂ ਮੈਂ ਤਾਂ ਥੱਕ ਗਈ ਕਹਿ ਕਰ ਨਹੀਂ ਅਸੀਂ ਨਹੀਂ ਕਰਾਉਣਾ ਭੈਣੇ ਪਹਿਲਾਂ ਸਾਡੇ ਮਾਮੇ ਦਾ ਹੋਵੇ ਮਾਮੇ ਦੀ ਭੁੱਲ ਜਾ ਤੁਸੀਂ ਉਹ ਤਾਂ ਆਪ ਕਿਹਨੇ ਠੀਕ ਬਿਮਾਰ ਰਹਿੰਦਾ ਐ ਵੀ ਨਾ ਬੋਲੀ ਜਾ ਬੋਲ ਉਹ ਤਾਂ ਸਾਰੀ ਜ਼ਿੰਦਗੀ ਬਿਮਾਰੇ ਰਹਿਣੇ ਆ ਉਹਨੇ ਤਾਂ ਲੇਖਾ ਹੀ ਲੈ ਲਿਆ ਸਾਡਾ ਸਾਡਾ ਲੇਖਾ ਲੈ ਲਿਆ ਲੇਖਾ ਪਤਾ ਨਹੀਂ ਤੁਸੀਂ ਕੀ ਉਹਨੂੰ ਚੱਕੀ ਸਾਹ ਆ ਸਾਰੀ ਦਿਹਾੜੀ ਇੱਥੇ ਭੈਣ ਟਟ ਟਟ ਅਹੀ ਮਰੀਆ ਬਾਹਰ ਦੇ ਗੋਰਾ ਗੋਏ ਦਾ ਗਾ ਹਾਂ ਕਿੱਦਾਂ ਕਹਿੰਦਾ ਗੋਹੇ ਦਾ ਗਾ ਦੇ ਕਿੰਨਾ ਪੜਦਾ ਤੋਤਲਾ ਮੁੰਡਾ ਹਾਂ ਮੁੰਡਾ ਤੋਤਲਾ ਆ ਕਹਿੰਦਾ ਮੈਂ ਇਹਨੇ ਕਿੱਥੇ ਵਿਆਹ ਹੋਣਾ ਜਾਂਦੇ ਨਹੀਂ ਕੱਢ ਲੈ ਵੇਚ ਦਿੰਨੇ ਆ ਕਾਰਡ ਕਟਾ ਕੇ ਵਿੱਚੋਂ 100 ਰੁਪਇਆ ਤੂੰ ਮੈਨੂੰ ਦੇ ਦੇ ਵਿੱਚੋਂ ਕਾਰਡ ਕੱਢ ਦੇਣੀ ਆਪਾਂ ਵਿੱਚੋਂ ਕਾਰਡ ਕੱਟ ਦਵਾਂਗੇ ਅੰਮਾ ਆਟਾ ਜਿੱਦਾਂ ਨੇ ਜਾਦੇ ਆ ਕਿਉਂ ਕੀ ਗੱਲ 100 ਰੁਪਇਆ ਤੂੰ ਮੁੰਡੇ ਦੇ ਕੀ ਗੱਲ ਮੈਨੂੰ ਦੇ ਦੇ ਤੂੰ ਤਾਂ ਭੁੱਖਾ ਆ ਆ ਇੰਨੀਆਂ ਤੂੰ ਨੰਗ ਆ ਕੱਢ ਬਾਰੀ ਨੂੰ ਆ ਇੰਨੀਆਂ ਪਾਥੀਆਂ ਦੇ ਵਿੱਚੋਂ ਜੇ ਮੈਂ ਥੋੜੀਆਂ ਜਿਹੀਆਂ ਵੇਚ ਵੀ ਦਿੱਤੀਆਂ ਸੀ ਐਡਾ ਇਸ਼ੂ ਕੀ ਸੀ ਓਏ ਇਹ ਤਾਂ ਸੀਂਕ ਲੱਗ ਗਈ ਮੈਂ ਹੋਰ ਕਿਆ ਤਦੇ ਤਾਂ ਮੈਂ ਵੇਚ ਦਿੰਦਾ ਸੀ ਪੜਦੇ ਨਾ ਹੁਣ ਤੂੰ ਕਿਤੇ ਗਈ ਆ ਹੀ ਨਹੀਂ ਮੈਂ ਵੇਚਿਆ ਨਹੀਂ ਆਇਆ ਤਾਂ ਸੀਂਕ ਲੱਗ ਗਈ ਵੀ ਜਾਇਆ ਵੇ ਉਹ ਗਈ ਆ ਹੀ ਨਹੀਂ ਤਾਂ ਕਿਤੇ ਭੇਣ ਦੇ ਜਾ ਜਵੇ ਜਾਇਆ ਮੈਂ ਮਾਸੀ ਨੇ ਤੂੰ ਤਾਂ ਚਾਹੁੰਦੇ ਆ ਤੂੰ ਤਾਂ ਮੈਨੂੰ ਉੱਜੜੀ ਚਾਹੁੰਦੇ ਤੂੰ ਤਾਂ ਇਹ ਨਾ ਕਹਿੰਦੀ ਇਹ ਨਾ ਕਹਿੰਦਾ ਕੈਨੇਡਾ ਤੋਂ ਕਿੱਦਾਂ ਆ ਗਈ ਇਹ ਤਾਂ ਦੁੱਖ ਹੋ ਗਿਆ ਤੂੰ ਵੀ ਮਨੀ ਕਿਹਾ ਮੈਨੂੰ ਮੈਂ ਨਹੀਂ ਕਿਹਾ ਕੋ ਮੈਂ ਨਹੀਂ ਕਿਹਾ ਤੈਨੂੰ ਮੰਮੀ ਤੇ ਤੂੰ ਛੇਤੀ ਆ ਗਈ ਕਹਿੰਦਾ ਚੱਲ ਇੱਧਰ ਪਾ ਬੋਰੇ ਨੂੰ ਹੱਥ ਜਿੱਦਾਂ ਆਪਣੇ ਆ ਭਰਾ ਨੂੰ ਪਵਾ ਸਕਦੀ ਇੱਧਰ ਪਵਾ ਮਰ ਜਿੱਦਾਂ ਮਾਕ ਜਿਹੜੀ ਕਹਿੰਦੇ ਨਹੀਂ ਲੈ ਕਰੋ ਹੋਰ ਇਹਦਾ ਕਿਤੇ ਉਹ ਆ ਜਾਣ ਦਵਾ ਦਵਾ ਪੇੜ ਮਾਰ ਨਹੀਂ ਖੱਚ ਕੇ ਮੂੰਹ ਤੇ ਤੇਰੇ ਉਹਦਾ ਵੀ ਕਿੰਨੇ ਦਿਨ ਹੋ ਗਏ ਹਾਂ ਜਾਂਚ ਆ ਮਾ ਮਾਰ ਵਾ ਇੱਧਰ ਨੇ ਉਹਦਾ ਹੈ ਮਾ ਜਾਂਚ ਹੈ ਵੀ ਆ ਖਾਂਦੇ ਕਿਹੜਾ ਥੋੜਾ ਆ ਮਿੱਟੀ ਮਿੱਟੀ ਚੁੰਮੀ ਪੱਪੀ ਪਾ ਰਹੀ ਦੇ ਬਾਅਦ ਚ ਜਾ ਪਹਿਲਾਂ ਗੋਹਾ ਚੱਕੋ ਗੋਹਾ ਚਕਾਓ ਯਾਰ ਮੰਮਾ ਯਾਰ ਤੂੰ ਯਾਰ ਮੇਰੀ ਜ਼ਿੰਦਗੀ ਰੋਲੀ ਪਈ ਆ ਯਾਰ ਮੈਨੂੰ ਤਰਸ ਆਪਣੇ ਮੈਨੂੰ ਤੁਹਾਨੂੰ ਮੇਰੇ ਤੇ ਕੀ ਆਉਣਾ ਸਾਲਾ ਮੈਨੂੰ ਆਪਣੇ ਆਪ ਤੇ ਤਰਸ ਆਉਣ ਲੱਗ ਪੰਦਾ ਕੰਮ ਸਾਰੀ ਦੁਨੀਆ ਕਰਦੀ ਤੂੰ ਦੁਨੀਆ ਤਾਂ ਨਹੀਂ ਕਰਦਾ ਪਤਾ ਨਹੀਂ ਕੀ ਅਨੋਖਾ ਕੰਮ ਕਰਦਾ ਯਾਰ ਜਨਾਨੀ ਵਾਲੇ ਕੰਮ ਆ ਯਾਰ ਮੰਮਾ ਕੀ ਆ ਕੱਚੇ ਉਦਾਂ ਚੰਗੇ ਲੱਗਦੇ ਇੱਥੇ ਚੰਗੇ ਉੱਥੇ ਭਰਾਵਾ ਮੱਝ ਲੈਣ ਗਏ ਹਾਂ ਉੱਥੇ ਕਹਿੰਦਾ ਆ ਤਾਂ ਕਹਿੰਦੇ ਮੇਰੇ ਨਾਲ ਵੀ ਬੰਦਾ ਰਿਹਾ ਗੁਜ਼ਰਿਆ ਕਹਿੰਦਾ ਇਹ ਤਾਂ ਕਹਿੰਦਾ ਜਾਦੇ ਹੀ ਕਹਿੰਦਾ ਕੱਚਾ ਪੱਟ ਆ ਨਹੀਂ ਆ ਆ ਕੀ ਲਾ ਮੈਂ ਇਹਨਾਂ ਨੂੰ ਅੱਜ
थले पा के ऑक्सीजन मिलती शरीर नू है गैप दा आ जॉकी दा आ केड़ा साला रोनाल्डो केड़ा लकोस्टा लकोस्टा दा जट कच्छा पाउंदा लकोस्टा दा ब्रांड अपने आप च पता लगता कि ब्रांड टंगिया पिया इधर देखी एनू देख के तेन उल्टी आंदी आ आ सेम दा देता इधर कुर्ता देख रही मेनू किसी ने कुड़ी देनी मेनू लगता करतूतां नूं देनी अज कल दियां नहीं करदियां अगला कहंदा मुंडा मेहनती आ काम करदा आ आ मनी यार का बेलण नु नहीं देनी किसे ने मनी ने कदी गोहे नु हाथ लाया नहीं मैं कदे लावा कल भर ला मैं हो बुढ़ी लगे जाना है अपनी नु अक त खानदान तेरे वाला लोट नहीं आंदा ओ मां बीमार हो कदी मेरा भरा बीमार कदी मां बीमार साल च 365 दिन हुंदे 365 तेरे खानदान दे चलत्र आ ते थाडे किन्ने आ मरीज ना हो सारा टब्बर तेरी मां भेन कि बोलदा है बेचारी कट्टी भी रोंदी आ हले पानी पिलाउण वाला पे अंदर झाड़ू लाउण वाला पे यार मेरे तो नहीं आ कुछ हुंदा अम्मा यार मैं थोड़ा भैया नहीं रखिया सीधी गल साडी भी कोई हट जा नफरत ਠੀਕ ਆ ਗੋਹਾ ਚਕਾਉਣਾ ਤੁਸੀਂ ਪਿਆਰ ਨਾਲ ਕਰਨਾ ਨਹੀਂ ਨਾ ਤਰੰਗਾ ਨੇ ਨਾ ਮੱਝਾਂ ਨੇ ਨਾ ਕੱਟੀਆਂ ਨੇ ਨਾ ਬੱਚਿਆਂ ਨੇ ਹਾਂ ਵਿਆਹ ਹੀ ਨਹੀਂ ਕਰਾਉਣਾ ਯਾਰ ਜਦ ਵਿਆਹ ਹੀ ਨਹੀਂ ਕਰਾਉਣਾ ਯਾ ਭੈਣ ਆ ਅੱਗ ਲਾਣਾ ਫੁੱਟ ਲੈਣਾ ਨਹੀਂ ਮੇਰਾ ਸਾਲਾ ਵਿਆਹ ਕਰਾ ਵਿਆਹ ਤੋਂ ਕੱਟੀ ਨਾ ਕਰਾ ਲਵਾ ਕਰਾ ਤੇਰੇ ਕੋ ਕਰਤੂਤ ਹੈ ਨਹੀਂ ਤੇਰੀ ਚਾਹੀਦੀ ਮੈਂ ਦਾਲ ਚੋਗਲਿਆ ਕਰੂਗੀ ਕੱਟੀ ਹੁਣ ਤੈਨੂੰ ਸੌਂਕ ਕਿੱਦਾਂ ਦੇ ਦੂਗੀ ਕੱਟੀ ਜਿਹੜੀ ਛੇਕ ਨਾਲ ਆਉਂਦੀ ਹੈ ਭੈਣ ਜੋ ਤੇਰੇ ਛੋਟੇ ਨੂੰ ਆ ਜਿਹੜੀ ਛੇਕ ਨਾਲ ਆਉਂਦੀ ਉਹ ਕੱਟੀ ਲੈ ਜਵੇ ਆਰਾਮ ਜਾ ਨਹੀਂ ਮੇਰਾ ਫਿਊਚਰ ਨਾ ਬਣੇ उधर गुंडा आ गया ओ गुंडे राज आ गया इधर ਕੋਪੀ ਕੁੜੀ ਹੈਗੀ ਆ 6:30 ਬੈਂਡ ਆ ਯਾਰ ਮੈਂ ਨਹੀਂ ਬੈਂਡਾਂ ਵਾਲੀ ਨਾ ਤਾਂ ਉਦਾਂ ਹੀ ਨਾ ਕਰਾਵਾਂ ਵਿਆਹ ਕਰਾ ਲਾ ਮਗਰੋਂ ਗਾਣੇ ਪਤਾ ਕਿਤੇ ਤੇਰਾ ਦੂਰ ਨਹੀਂ ਕੈਨੇਡਾ ਸਾਡੇ ਪਿੰਡ ਤੋਂ ਨਹੀਂ ਉੱਥੇ ਮਾਰੀ ਹੂਕ ਨਾ ਸੁਣੇ ਤੈਨੂੰ ਡਾਲਰਾਂ ਦੇ ਮੂੰਹ ਵਿੱਚ ਪਿੱਜੀ ਐ ਨਹੀਂ ਜੱਟ ਦੀ ਹੂਕ ਨਾ ਜੱਟ ਦੀ ਸੌਣੀ ਨਹੀਂ ਜੱਟ ਦੀ ਤਕਲੀਫ ਨਹੀਂ ਸੌਣੀ ਭੈਣ ਚੱਲੀ ਨੇ ਕਹਿੰਦਾ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਲਫ਼ਜ਼ ਨਾ ਬੋਲਿਆ ਕਰ ਹਾਂ ਹੁਣ ਸੁੱਖਾ ਸੁੱਕਲਾ ਨਹੀਂ ਇਹ ਸੁੱਖਾ ਸੁੱਕਣ ਵੇ ਹੂਕ ਨਾ ਸੁਣੀ ਸਾਰੇ ਇੱਕੋ ਤਰ੍ਹਾਂ ਦੇ ਨਹੀਂ ਹੁੰਦੇ
ਵਿੱਚ ਚੰਗੇ ਵੀ ਬੰਦੇ ਬਥੇਰੇ ਹੁੰਦੇ ਆ ਹਾਂ ਜ਼ਰੂਰੀ ਨਹੀਂ ਹੁੰਦਾ ਹੁਣ ਚੱਕ ਲਾ ਨੂੰ ਭਰੀ ਜਾਂਦਾ ਪਏ ਆਪਣੇ ਨੂੰ ਡੈਡੀ ਸਾਹਿਬ ਨੂੰ ਚੱਕਾਂਗੇ ਲਿਓ ਫਾਦਰ ਸਾਹਿਬ ਦੇ ਥੱਲੇ ਬਿੰਨਾ ਵੀ ਰੱਖੋ ਮੈਨੂੰ ਕੀ ਪਤਾ ਕਿੱਥੇ ਆ ਇਹ ਫਾਦਰ ਸਾਹਿਬ ਨੇ ਹਾਂਜੀ ਫਾਦਰ ਸਾਹਿਬ ਥੱਲੇ ਬਿੰਨਾ ਰੱਖੋ ਬਿੰਨਾ ਲਿਆਓ ਉਧਰ डोके भाई चाचे ने दुध नहीं खिचा लगता मेनू इन्हें अम्मा सवेरे ओदे अखा मीट का चौल आंदा आया चपेड़ मैं बिना टोकरा मारना टोकरा डैडी नूं इदां की दिंदा चाके कच्चे कुछे सिटी सोने नी लगते चंगा की जलूस कडे करने की पता नी की इन्हे करने इन्हां दा कर काम अम्मा चाचे लूने नी दब दे दबने नी टोया पट के कच्चे दबने टोया पट के कहिंदे कला कला कड़ी सू भी आह सारा कच्चा के नहीं पाड़ता चक्कर की कोई नी आजा सा ले लैने टोकरे नू हाथ पाउणा तेरे तो छोटी का व्यापारी रहा कुछ तेरी मोती है कौन की नहीं मैं तो यह लगता जो सुपने च मझा बेचिया होंगे हां हम सारा लोग चोरी पट लिया मैं रातो रात कित हो गया मैं बड़ा मेहनती सी नहीं गोपी यार मेनू तेरे ते मेन पसुआ रह रहा के मेरी साली मत्ते ही पसुआ ना चाजना चाहुंदा ओदे थाना दुध आउंदे मैं शिकायत ला सकता भैन को पर मैं लाई नी मैं थोड़ी भैन भैन न शिकायत ला सकता थोड़ी मैं गाल तो कड़ी नी रेडी हो जाने गोहा चुकाना हो जावा तेरी आवाज घट हुंदी आ लाडी सत श्री अकाल पुत्र
ਮੈਂ ਕਿਹਾ ਇਹਨਾਂ ਨੂੰ ਵੀ ਮਾੜਾ ਮੋਟਾ ਆ ਜੂਠੇ ਜੂਠੇ ਚੌਲ ਚੂਲ ਖਿਲਾ ਦੇ ਨਾ ਇਹ ਵੀ ਕਿਤੇ ਪਾਸੇ ਘੋੜੀ ਚੜ ਜਾਣਾ ਕੋਲਗੇਟ ਨਾਲ ਬ੍ਰਸ਼ ਕਰਕੇ ਮਾਊਥ ਫਰੈਸ਼ ਕਰਕੇ ਫੇਰ ਖਲਾਉਣੇ ਆ ਠੀਕ ਆ ਕੀ ਗੱਲ ਮਨੀ ਕਹਿੰਦਾ ਸ਼ੇਖਰ ਖਾਂਦਾ ਮਨੀ ਕਹਿੰਦਾ ਸ਼ੇਖਰ ਖਾਂਦਾ ਮੈਂ ਨਹੀਂ ਆ ਭਾਜੀ ਮੇਰੀ ਗੱਲ ਸੁਣ ਤੇਰੀ ਤਾਂ ਜ਼ਿੰਦਗੀ ਖਰਾਬ ਹੋਣੀ ਆ ਸਾਡੀ ਕਾਹਦੇ ਕਰਨੀ ਤੂੰ ਜਾ ਭਰਾਵਾ ਚੱਲ ਚੱਲ ਠੀਕ ਹੈ ਤੁਰ ਪਿਆ ਤੂੰ ਚੱਲ ਠੀਕ ਹੈ ਲੱਗਾ ਹੁਣ ਓਕੇ ਚਲੋ ਠੀਕ ਹੈ ਜੀ ਹੁਣ ਤਾਂ ਠੰਡੀ ਹਵਾ ਆਈ ਨਹੀਂ ਆਈ ਮੁਸ਼ਕ ਆਇਆ ਠੰਡੀ ਕੀ ਗਰਮ ਆ ਨਹੀਂ ਮੇਰੀ ਗੱਲ ਸਾ ਮੇਰੇ ਮੂੰਹ ਤੇ ਤਾਂ ਮੈਂ ਟਕਿਆ ਮੁਸ਼ਕ ਤਾਂ ਇਹਨੂੰ ਪੁੱਛੇ ਇਹਨੂੰ ਗੋਪੀ ਤੇ ਤੂੰ ਵੀ ਨਾ ਖਰਾ ਨਾ ਮਾਰ ਦੇ ਨਾ ਤੂੰ ਬੰਦਾ ਪਤਾ ਹੀ ਹੈ ਤੇਰੇ ਮੂੰਹ ਤੇ ਮੁਸ਼ਕ ਆਉਂਦਾ ਮੰਮੀ ਨੂੰ ਵੀ ਪਤਾ ਆ ਕਿਸੇ ਦੇ ਨਾ ਮੈਨੂੰ ਨਾ ਆਪਣੇ ਮੂੰਹ ਦੀ ਵਾੜ ਜੇ ਦੇਈ ਜਾਇਆ ਕਰੋ ਹਾਂ ਚਾਮ ਲਿਓ ਤੁਸੀਂ ਬਹੁਤ ਹੈਲੋ ਬਚ ਬੁਚ ਕੇ ਰਿਹਾ ਕਰੋ ਮੈਂ ਤੈਨੂੰ ਹੁਣ ਦੱਸ ਦਿੰਦੀ ਕਿੱਥੋਂ ਬਜੀ ਹਾਂ ਆ ਸਕੂਟਰੀਆਂ ਸਕਾਟਰੀਆਂ ਤੇ ਮੋਰੇ ਆ ਜਾਨੀ ਕੀ ਕਰੀਏ ਉਹ ਤਾਂ ਵਿੱਚ ਮਾਰ ਕੇ ਬਚ ਕੇ ਦੇਣਾ ਹੀ ਹੀ ਕਾ ਕੇ ਲੰਘ ਜਾ ਨਾ ਕੁੜੀਆਂ ਸਕੂਟਰੀਆਂ ਚਲਾਉਣੀਆਂ ਨੇ ਤਾਂ ਪਹਿਲਾਂ ਮੇਰੀ ਸੁਣੋ ਨਹੀਂ ਕਈ ਕੁੜੀਆਂ ਹੈਗੀਆਂ ਕਈ ਤਾਂ ਇਹਨੂੰ ਵਧੀਆ ਚਲਾਉਂਦੀਆਂ ਕਈ ਮਾੜਾ ਜਿਹਾ ਜਦੋਂ ਮੂੰਹ ਮਾ ਢਾਕ ਲੈਂਦੀਆਂ ਜਦੋਂ ਫਿਰ ਇੱਕ ਮਿੰਟ ਫੋਨ ਆ ਗਿਆ ਨਹੀਂ ਜੇ ਦੇਖ ਲਓ ਜੇ ਤੁਹਾਨੂੰ ਆ ਗਿਆ ਤਾਂ ਨਹੀਂ ਇੱਦਾਂ ਨਾ ਕਰੋ ਚੰਦ ਦਾ ਟੁਕੜਾ ਸਾਡੇ ਤੂੰ ਨਾ ਜੋ ਕੇ ਵਿਆਹ ਕਰਾ ਲਵਾ ਵਿਆਹ ਕਰਾ ਲਵਾ ਤੂੰ ਨਾ ਜੋ ਜੇ ਪਹਿਲਾਂ ਤੂੰ ਥੱਪੜ ਮਾਰ ਲੈ ਜਾ ਉਹ ਮਾਰ ਵੇ ਤੂੰ ਤੇਰਾ ਤੂੰ ਕੀ ਹੁੰਦਾ ਓਏ ਤੇਰਾ ਵੱਡਾ ਭਰਾ ਤੇਰਾ ਹੱਕ ਨਹੀਂ ਬਣਦਾ ਮੈਂ ਤੂੰ ਕਿਤਾ ਬੋਲਦਾ ਮੈਂ ਜੋ ਮਰਜੀ ਕਹਾਂ ਮੈਂ ਤੇਰਾ ਹੱਕ ਨਹੀਂ ਬਣਦਾ ਮਾਂ ਆ ਮੈਂ ਇਹਨਾਂ ਦਾ ਕੀ ਮਤਲਬ ਹੈ ਮੈਂ ਮਾਰ ਸਕਦੀ ਤੂੰ ਨਹੀਂ ਮਾਰ ਸਕਦਾ ਇਹਨਾਂ ਦਾ ਕੀ ਮਤਲਬ ਹੈ ਫੋਨ ਚੱਕਣ ਦਾ ਮੈਂ ਕੋਲ ਬੈਠੀ ਆ ਤੂੰ ਆ ਦੀ ਰਾਮਾ ਐਦਾਂ ਐਦਾਂ ਮੇਰੀ ਤੀਵੀਂ ਦਾ ਹਾਏ ਹਾਏ ਗੋਪੀ ਜੀ ਤੁਸੀਂ ਸਾਡੇ ਵਿਆਹ ਹੋ ਰਹੇ ਨੇ ਨਾ ਥੱਲੇ ਲੱਗਾ ਜਦੋਂ ਬੋਟੀਆਂ ਲੈ ਜਾਣਾ ਤੁਸੀਂ ਪਤਾ ਹੀ ਕੀ ਕਹਿਣਾ ਮੈਂ ਉਹ ਆਰ ਹਾਕ ਵੀ ਮਾਰਿਆ ਕਰਨੀ ਹੈ ਨਾ ਇੰਤੇ ਪਤਾ ਹੀ ਕੀ ਕਹਿਣਾ ਬਹਿਆ ਤੂੰ ਮਰ ਜਾਂਦੇ ਆਗ ਬੁੜੀ ਆ ਬੋਲੀ ਜਾਂਦੇ ਫੜ ਫੜ ਮਰ ਜੀ ਅੱਜ ਥੱਲੇ ਰੱਖਾ ਚਾਹੀ ਐਦਾਂ ਹੀ ਕਹਿਣਾ ਦੇਖੀ ਤੁਸੀਂ ਕੀ ਕਹਿਣਾ ਬੋਲੀ ਜਾਂਦੇ ਬੈਠੀ ਦੇ ਰਾਂ ਤੂੰ ਰਾਂ ਆਹ ਗੱਲ ਝੂਠੀ ਹੈ ਜਿੱਦਾਂ ਲਿਆਉਣੀ ਹੈ ਗੱਲ ਕਹਿ ਕੇ ਲਿਆਉਣੀ ਹੈ ਮੇਰੀ ਮਾਂ ਪੇ ਦੀ ਇੱਜ਼ਤ ਕਰੀ ਇਹੀ ਇਹੀ ਸਾਲਾ ਇਹ ਪਹਿਲੇ ਪਹਿਲੇ ਇੱਦੀ ਕਹਿੰਦੇ ਹੁੰਦੇ ਸਾਰੇ ਕਹਿੰਦੇ ਹੁੰਦੇ ਆ ਇਹੀ ਸਾਲਾ ਸੰਦੇ ਲੱਗਣਾ ਦੇਖੀ ਨਹੀਂ 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 ਸਾਰੇ ਇੱਦੀ ਕਹਿੰਦੇ ਹੁੰਦੇ ਪਹਿਲਾਂ ਪਹਿਲੇ ਪਹਿਲੀ 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 ਪਰ ਰਦਾ ਮੇਰੀ ਮਾਂ ਦੀ ਸਾਰੇ ਬਾਹਰ ਹੀ ਭਾਂਡੇ ਧੋਣ ਲੱਗੇ ਇਹ ਡੈਡੀ ਦੇ ਸਾਡੇ ਦੇ ਇਲਾਜ ਵੀ ਬੀਤਦ ਗਈ ਆ ਇਹ ਬਾਹਰ ਦੇ ਵਿੱਚ ਨਾ ਮੂਹਰੇ ਪਤਾ ਲੱਗਦਾ ਇੱਕ ਦੇ ਹੱਥ ਝਾੜੂ ਹੁੰਦਾ ਤੇ ਇੱਕ ਦੇ ਹੱਥ ਕਾਲੀ ਨਹੀਂ ਚੱਲ ਹੁਣ ਇਹਨਾਂ ਕਹਿੰਦਾ ਤਾਂ ਚੱਲਦਾ ਹੀ ਆ ਕੌਫੀ ਕੂਫੀ ਕਿਤੇ ਕਿਤੇ ਲਾਦਾ ਪੋਚਾ ਵੀ ਸਰਮੰਨਾ ਸਾਡਾ ਕੋਈ ਫੇਰ ਕੀ ਹੋਇਆ ਫੇਰ ਕੀ ਹੋਇਆ ਸਾਡਾ ਆਪਣਾ ਪਰੋਠੇ ਵੀ ਲਾਈ ਗਿਆ ਕੋਈ ਨਹੀਂ ਲਾਇਆ ਅੱਛਾ ਸਾਰੇ ਸਾਲ ਸੌਰਤ ਸੀ ਭਮਾਏ ਨਿਆਣੇ ਕੋਈ ਨਹੀਂ ਲਾਇਆ ਨਹੀਂ ਲਾ ਵੀ ਲਾ ਸੀ ਜੀ ਆ ਜਾਲੂ ਵਾਲੀ ਦਾ ਉੱਥੇ ਤੇਰੀ ਗੱਲ ਓਹ ਹਾਲੋ ਵਾਲੇ ਨੇ ਇਹ ਬਤਾ ਕਹਦੇ ਨਹੀਂ ਜੀ ਤੇਰੀ ਭੈਣ ਨੇ ਪਤਾ ਕਹਿੰਦਾ ਤੇਰੀ ਭੈਣ ਨੇ ਕਹਣਾ ਕੁੜੇ ਰਾਣੋ ਤੇਰੇ ਤਾਂ ਮੁੰਡੇ ਮਗਰ ਲੱਗ ਗਏ ਓ ਤੇਰਾ ਤਾਂ ਘਰ ਦੇਖ ਜੂ ਮੈਂ ਦੱਸੋ ਕੀਵੀਆਂ ਲੈ ਚੱਲੀਆਂ ਘਰ ਨੂੰ ਆ ਕੇ ਉਹ ਵੀ ਇੱਥੇ ਹੀ ਰਹਿਣੀਆਂ ਇੰਨਾ ਐਸੀ ਉਹਨਾਂ ਦੀ ਰਿਸਪੈਕਟ ਕਰਾਂ ਡਿਸੀਜਨ ਨਾ ਅੱਛਾ ਯਾ ਡਿਸੀਜਨ ਨਾ ਨਹੀਂ ਪਰ ਇੱਕ ਗੱਲ ਆ ਮੈਂ ਅਗਲੀ ਨੂੰ ਪਹਿਲੇ ਦੱਸਣਾ ਮੈਂ ਕਹਿੰਦਾ ਮੇਰੀ ਮਾਂ ਦੀ ਇੱਜ਼ਤ ਮੇਰੇ ਵੱਡੇ ਭਰਾ ਦੀ ਇੱਜ਼ਤ ਓਏ ਯਾ ਸੀ ਉਹ ਨਾ ਉਹ ਛੱਡ ਪਾ ਮੇਰੇ ਡੈਡ ਦੀ ਇੱਜ਼ਤ ਮੇਰੇ ਬਾਬਾ ਦਾਦੀ ਦੀ ਇੱਜ਼ਤ ਯੂ نو ਆਈ ਵਿਲ ਨਾਟ ਨਹੀਂ ਮੇਰੀ ਜ਼ਿਆਦਾ ਕਰਨੀ ਹੈ ਫੁੱਲ ਗਏ ਮੈਂ ਕੁੰਡ ਕੱਢਣਾ ਜੇ ਥਾਵੇਂ ਮਾਫ ਕਰੀ ਆਹ ਨਹੀਂ ਝੂਠੀ ਹੈ ਮੈਂ ਉਹ ਪਹਿਲੇ ਕਹਿਣਾ ਮੈਂ ਕਹਿੰਦਾ ਇਹਨੂੰ ਸਾਰੇ ਨੂੰ ਚਾਹ ਵੀ ਨਾ ਪੁੱਛੀ ਛੜੇ ਨੂੰ ਕਿਉਂ ਕੀ ਗੱਲ ਵੇ ਮੈਂ ਛੜੇ ਦਾ ਕੀ ਮਤਲਬ ਹੁੰਦਾ ਰੱਬ ਨਾ ਕਰੇ ਮੈਨੂੰ ਪੁੱਛੋ ਕਿ ਤੁਸੀਂ ਤਾਂ ਮੇਰੇ ਮੁੰਡੇ ਨੂੰ ਪੁੱਛੋ ਨਾ ਛੜਾ ਕੀ ਹੁੰਦਾ ਇਹਨੂੰ ਛੜਾ ਕੀ ਹੁੰਦਾ ਕਿਉਂ ਲਿਆ ਵੇ ਫੇ ਕਿਹਨੂੰ ਲਿਆ ਵਾ ਕਿਹਨੂੰ ਲਿਆ ਮੈਂ ਦੱਸਦੀ ਆ ਮੈਂ ਲੱਭ ਲਾਂਗੀ ਕੁੜੀ ਯਾਰ ਮੈਂ ਇਦਾਂ ਹੈਗੀ ਆ ਮੇਰੇ ਤੋਂ ਕੁੜੀ ਦੱਸ ਤੂੰ ਵਿਆਹ ਕਰਾਉਣਾ ਵਾ ਮੈਂ ਜਿੱਦਣਾ ਨਾ ਜਿੱਦਾਂ ਆ ਨਾ ਮੈਂ ਕੁੜੀ ਨੂੰ ਦੇਖਾਂ ਉਦਣਾ ਨਾ ਮੇਰੇ ਆਲੇ ਦੁਆਲੇ ਦਾ ਦਿਲ ਜੇ ਚੱਲਣ ਇਦਾਂ ਇਦਾਂ ਜਦੋਂ ਉਹ ਨਹੀਂ ਚੱਲਣੇ ਉਹ ਨਹੀਂ ਚੱਲਣੇ ਦਿਲ ਤੇਰੇ ਮਰ ਗਿਆ ਮੈਂ ਆਉਣ ਦੇਖ ਦੇ ਜਦੋਂ ਮੈਂ ਨਾ ਕੁੜੀ ਨੂੰ ਦੇਖਾਂ ਜਦੋਂ ਮੈਂ ਇਦਾਂ ਦੇਖਦੇ ਸਾਰ ਇਦਾਂ ਪਿਆਰ ਨਾ ਇਦਾਂ ਦੇਖੀ ਯਾਰ ਹਾਰਟ ਜਾ ਬਾਈ ਬਾਈ ਮਰ ਜਾਂਦੀ ਤੈਨੂੰ ਦੇਖ ਕੇ ਮੇਰੀਆਂ ਬਾਈ ਬਾਈ ਮਰ ਜਾਂਦੀਆਂ ਆ ਨਹੀਂ ਬਾਈ ਜੇ ਇੱਕ ਵਾਰੀ ਤਿਆਰ ਹੋ ਕੇ ਨਿਕਲ ਜਾ ਉਹ ਵਾਲੀ ਮੇਰੀ ਚੁੰਨੀ ਚੰਗੀਆਂ ਚੰਗੀਆਂ ਵਾਲੀਆਂ ਪਾਈਮਾਂ ਹੈ ਬੰਦ ਕਰ ਦਈਆਂ ਪਹਿਲਾਂ ਕਲੀਨ ਸ਼ੇਵ ਕਰਾ ਕੇ ਫੇ ਫੇ ਆਉਣੀਆਂ ਨਹੀਂ ਫੇ ਆਣਾ ਜਿੱਦਾਂ ਮਤਲਬ ਇਦਾਂ ਦਿਲ ਇਦਾਂ ਨਿਕਲ ਟਿਕ 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 ਉਹ ਨਾ ਨਾ ਤੇਰੇ ਦਿਲ ਨਿਕਲ ਨਾ ਤੂੰ ਵਿਆਹ ਕਰਾ ਹੁਣ ਹਨਾ ਬੇ ਆਪਾਂ ਦਾ ਮਮਾ ਦੇਖ ਮੁੰਡੀ ਮਾਮੇ ਦੀ ਉਂਗਲ ਚ ਪਾਉਣੀ ਆ
चाहे मुंदी चाहिए चाहे कंबल चाहिए पा दूंगा मेरी मैंडी च खड़ के चपेड़ा ना खाई बूथी ते मेरे तो खच खच के मुंडी सी केड़ा कीवी फल दा पेटी मेरी अंक बंदे तरह मैं तो अखबार च कढ़ा देना भी मेरे मुंडे दो भी आने वाले आ सीधी गल वा उम्र खेती बाड़ी कर दे क्वालिफिकेशन कुड़ी चाहिए क्वालिफिकेशन की है पढ़े झूठ नहीं बोलना झूठ नहीं बोलना सच झूठ का सारा पता लग जाना सच दसू सच दसू आ मैंने मुंडा दस पास दस बे दस दे दस पढ़िया आ सच बोल हले भी बोल दी हले भी सच बोल बोल दी दस पढ़िया चाहिए एक लड़किया की लोड़ है मेनू बस मेरी गल तो सुन ला कुछ नहीं चाहिए होर लड़के ब्याहने लड़किया ही ब्याहनी मेरी गल सुन मेरी गल मैं तो दसवीं फेल हां तू फिर फेल मेरे तू दस फेल वा तू तू कहना अपने आप मैं दस फेल ना पर तू बारहवीं तो भी ज्यादा तेन इंग्लिश भी आती तेन पढ़ाई भी आती है इन्हें क्या मेरे गल कर दा इंग्लिश ज्यादा पढ़िया लिखा अंग्रेजी है।